ਸੋ ਤੁਸੀਂ ਰੀਗਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਾਂਗੇ ਅੱਜ 21 ਮਈ ਸ਼ਾਮ ਦੇ ਮੌਸਮ ਦੀ ਕਿ ਸ਼ਾਮ ਦੇ 4 ਵਜੇ ਤੋਂ ਲੈ ਕੇ ਅਗਲੇ 3-4 ਘੰਟੇ ਤੱਕ ਕੀ ਮੌਸਮ ਦੀ ਹਲਚਲ ਹੈ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਨੇਰੀ ਦੇ ਜਾਂਚ ਬਣੇ ਨੇ ਸੋ ਜਿਵੇਂ ਕਿ ਆਪਾਂ ਸਵੇਰ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ 21 ਅਤੇ 22 ਨੂੰ ਆਪਾਂ ਨੂੰ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ-ਪਾਸ ਮੌਸਮ ਦੀ ਹਲਚਲ ਕਈ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਅਤੇ 23 ਤਰੀਕ ਤੋਂ ਮੌਸਮ ਦੇ ਵਿੱਚ ਥੋੜਾ ਜਿਹਾ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਤਾਂ ਉਸੇ ਤਰ੍ਹਾਂ ਅੱਜ ਦੁਪਹਿਰ ਤੋਂ ਬਾਅਦ ਲਗਭਗ 4 ਵਜੇ ਦੇ ਆਸ-ਪਾਸ ਤੋਂ ਕਈ ਖੇਤਰਾਂ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ ਖਾਸ ਤੌਰ ਤੇ ਜੋ ਪੰਜਾਬ ਦੇ ਦੱਖਣੀ ਜ਼ਿਲ੍ਹੇ ਨੇ ਜੋ ਹਰਿਆਣੇ ਦੇ ਲਾਗਪਨ ਦੇ ਜਿਵੇਂ ਬਠਿੰਡਾ ਮਾਨਸਾ ਸੰਗਰੂਰ ਹੋ ਗਿਆ ਤਾਂ ਇਹਨਾਂ ਦੱਖਣੀ ਭਾਗਾਂ ਦੇ ਵਿੱਚ ਮੀਂਹ ਹਨੇਰੀ ਵਰਗੇ ਹਾਲਾਤ ਬਣ ਗਏ ਨੇ ਕਈ ਇਲਾਕਿਆਂ ਵਿੱਚ ਗਰਜ ਚਮਕ ਤੇਜ਼ ਹਵਾਵਾਂ ਹਨੇਰੀ ਅਤੇ ਸ਼ਰਾਟੇਦਾਰ ਮੀਂਹ ਦੇਖਣ ਨੂੰ ਮਿਲੇਗਾ ਸੋ ਇਲਾਕਿਆਂ ਦੀ ਜੇਕਰ ਗੱਲ ਕਰੀਏ ਤਾਂ ਬਠਿੰਡਾ ਮਾਨਸਾ ਦੇ ਭਾਗ ਹੋਣਗੇ ਜਿਵੇਂ ਤਲਵੰਡੀ ਸਾਬੋ ਤੋਂ ਲੈ ਕੇ ਰਾਮਪੁਰਾ ਫੂਲ ਹੋ ਗਿਆ ਮੌੜ ਹੋ ਗਿਆ ਮੇਨ ਬਠਿੰਡਾ ਇਲਾਕਾ ਮੁਕਸਰ ਦੇ ਕੁਝ ਗਿੱਦੜਵਾਹਾ ਦੇ ਇਲਾਕੇ ਹੋ ਸਕਦੇ ਨੇ ਇਹਦੇ ਵਿੱਚ ਜਨਾ ਉਹਨਾਂ ਦੇ ਨਾਲ ਲੱਗਦੇ ਕੁਝ ਭਾਗ ਇਸ ਤੋਂ ਇਲਾਵਾ ਮਾਨਸਾ ਦੇ ਸਰਦੂਰਗੜ ਬੁਡਲਾਡਾ ਹੋ ਗਿਆ ਮੇਨ ਮਾਨਸਾ ਹੋ ਗਿਆ ਬਾਕੀ ਲਗਪਾਸ ਦੇ ਇਹ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸੇ ਸੰਗਰੂਰ ਦੇ ਵਿੱਚ ਲਹਿਰਾ ਗਾਗਾ ਹੋ ਗਿਆ ਉਸ ਨਾਮ ਤੱਕ ਲੌਂਗਵਾਲ ਤੇ ਬਰਨਾਲਾ ਦੇ ਤਨੌਲਾ ਵਗੈਰਾ ਇਲਾਕੇ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਹੋ ਸਕਦਾ ਹੈ ਕਿ ਫਰੀਦਕੋਟ ਦੇ ਜੈਤੋਂ ਦਾ ਇਲਾਕਾ ਹੋ ਗਿਆ ਤਾਂ ਇੱਥੇ ਤੱਕ ਵੀ ਜਿਹੜਾ ਬੱਦਲੀ ਸਿਸਟਮ ਹੈ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਅਤੇ ਅਗਲੇ 2 ਘੰਟਿਆਂ ਦੇ ਬਾਅਦ ਤਾ ਆਪਾਂ ਨੂੰ ਲੌਂਗਵਾਲ ਸੰਗਰੂਰ ਇਸ ਤੋਂ ਇਲਾਵਾ ਸਮਾਣਾ ਹੋ ਗਿਆ ਪਟਿਆਲੇ ਦਾ ਜਿਹੜੀ ਏਰੀਆ ਹੋ ਗਿਆ ਤੇ ਦੇ ਨਾਲ ਲੱਗਦੇ ਬਾਕੀ ਜੋ ਭਾਗ ਹੋਣਗੇ ਨਾਬੇ ਤੱਕ ਦੇ ਧੂਰੀ ਹੋ ਗਿਆ ਤਾਂ ਇਨ੍ਹਾਂ ਭਾਗਾਂ ਤੱਕ ਵੀ ਇਹ ਜਿਹੜਾ ਬੱਦਲੀ ਸਿਸਟਮ ਪਹੁੰਚਣ ਦੇ ਆਸਾਰ ਬਣੇ ਹੋਏ ਨੇ ਪਰ ਫਿਲਹਾਲ ਹੁਣ ਜਿਹੜੇ 4 ਵਜੇ ਤੋਂ ਲੱਗੇ ਅਗਲੇ 2 ਘੰਟੇ ਹੋਣਗੇ ਤਾਂ ਇਸ ਦੇ ਦਰਮਿਆਨ ਜਿਹੜੇ ਖਾਸ ਤੌਰ ਤੇ ਦੱਖਣੀ ਇਲਾਕੇ ਹਰਿਆਣੇ ਦੇ ਜਿਆਦਾ ਸੀਮਾ ਦੇ ਨੇੜੇ ਪੈਂਦੇ ਨੇ ਤਾਂ ਉਹਨਾਂ ਵਿੱਚ ਲਟ ਦੇ ਤੌਰ ਤੇ ਹੋ ਸਕਦਾ ਕਿ ਜਿਆਦਾ ਗਰਜ ਚਮਕ ਨਾਲ ਹਨੇਰੀ ਅਤੇ ਮੀਂਹ ਸ਼ਰਾਟੇਦਾਰ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਬਿਨਾ ਬਾਕੀ ਪੰਜਾਬ ਦੇ ਇਲਾਕਿਆਂ ਵਿੱਚ ਫਿਲਹਾਲ ਮੌਸਮ ਠੀਕ ਰਹੇਗਾ ਉਹਨਾਂ ਇਲਾਕਿਆਂ ਵਿੱਚ ਕੋਈ ਹਲਚਲ ਜ਼ਿਆਦਾ ਹੋਣ ਦੇ आसार ਨਹੀਂ ਹਨ ਬਾਕੀ ਇਹ ਬੱਦਲ ਵਾਈ ਜਿਹੜੀ ਸਿਸਟਮ ਅੱਗੇ ਬਦਲ ਕੇ ਇਹਨਾਂ ਜ਼ਿਲ੍ਹਿਆਂ ਦੇ ਲਾਗਪਾਸ ਜਿਹੜੇ ਨਾਲ ਲੱਗਦੇ ਜ਼ਿਲ੍ਹੇ ਨੇ ਤਾਂ ਉਹਨਾਂ ਦੇ ਵੀ ਕੁਝ ਇਲਾਕਿਆਂ ਨੂੰ ਕਵਰ ਕਰ ਸਕਦੀ ਹੈ ਬਾਕੀ ਜੋ ਅਗਲੀ ਰਾਤ ਦੀ ਅਪਡੇਟ ਆਵੇਗੀ ਉਹ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋਦੋਂ ਤੱਕ ਲਈ ਧੰਨਵਾਦ ਜੀ